ਫਿਲੌਰ ਨੈਸ਼ਨਲ ਹਾਈਵੇ ਤੇ ਵਾਪਰੀ ਘਟਨਾ। ਮੋਟਰਸਾਈਕਲ ਸਵਾਰ ਦੋ ਲੁਟੇਰੇ ਰਿਵਾਲਵਰ ਦੀ ਨੋਕ ਤੇ ਪੈਟਰੋਲ ਪੰਪ ਦੇ ਮੁਲਾਜ਼ਮ ਤੋਂ ਨਕਦੀ ਲੁੱਟ ਕੇ ਫਰਾਰ ਹੋ ਗਏ। ਬਾਈਕ ਦੀ ਟੈਂਕੀ ਭਰਨ ਲਈ ਕਹਿਣ ਤੇ ਜਦੋਂ ਮੁਲਾਜ਼ਮ ਨੇ 600 ਰੁਪਏ ਮੰਗੇ ਤਾਂ ਉਸਨੇ ਆਪਣਾ ਰਿਵਾਲਵਰ ਕੱਢ ਲਿਆ। ਚੋਣ ਜ਼ਾਬਤਾ ਲਾਗੂ ਹੋਣ ਦੇ ਬਾਵਜੂਦ ਸ਼ਹਿਰ ਵਿੱਚ ਲੁੱਟਖੋਹ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਸੋਮਵਾਰ ਰਾਤ ਕਰੀਬ 8:30 ਵਜੇ ਪਿੰਡ ਜਗਤਪੁਰ ਨੇੜੇ ਨੈਸ਼ਨਲ ਹਾਈਵੇ ਤੇ ਸਥਿਤ ਬਾਬਾ ਪੈਟਰੋਲ ਪੰਪ ਤੇ ਰਿਵਾਲਵਰਾਂ ਨਾਲ ਲੈਸ ਲੁਟੇਰਿਆਂ ਨੇ ਹਮਲਾ ਕਰ ਦਿੱਤਾ, ਪਰ ਪੰਪ ਦੇ ਮੁਲਾਜ਼ਮ ਕੋਲੋਂ 3,000 ਰੁਪਏ ਲੁੱਟ ਕੇ ਫਰਾਰ ਹੋ ਗਏ। ਪੰਪ ਮਾਲਕ ਮੌਂਟੀ ਬਾਬਾ ਨੇ ਦੱਸਿਆ ਕਿ ਉਹ ਦਿਨ ਦੀ ਨਕਦੀ 2,50,000 ਰੁਪਏ ਲੈ ਕੇ ਸ਼ਾਮ 7:30 ਵਜੇ ਘਰੋਂ ਗਿਆ ਸੀ। ਠੀਕ 1 ਘੰਟੇ ਬਾਅਦ ਮੋਟਰਸਾਈਕਲ ਤੇ ਸਵਾਰ ਦੋ ਲੁਟੇਰੇ ਪੈਟਰੋਲ ਪੰਪ ਤੇ ਆਏ। ਉਸਨੇ ਉੱਥੇ ਮੌਜੂਦ ਮੁਲਾਜ਼ਮ ਨੂੰ ਮੋਟਰਸਾਈਕਲ ਦੀ ਟੈਂਕੀ ਭਰਨ ਲਈ ਕਿਹਾ। ਜਦੋਂ ਪੰਪ ਦੇ ਕਰਮਚਾਰੀ ਨੇ ਉਸ ਤੋਂ 600 ਰੁਪਏ ਮੰਗੇ ਤਾਂ ਲੁਟੇਰੇ ਨੇ ਉਸਦਾ ਰਿਵਾਲਵਰ ਕੱਢ ਲਿਆ ਅਤੇ ਕਰਮਚਾਰੀ ਨੂੰ ਧਮਕੀ ਦਿੱਤੀ, ਨੇੜੇ ਉਹ ਸਾਰੀ ਨਕਦੀ ਲੁੱਟ ਲਈ। ਉਸਨੇ ਦੱਸਿਆ ਕਿ ਜੇਕਰ ਉਹ ਨਕਦੀ ਨਾ ਚੁੱਕਦਾ ਤਾਂ ਉਸਦਾ ਵੱਡਾ ਨੁਕਸਾਨ ਹੋ ਸਕਦਾ ਸੀ। ਘਟਨਾ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ। ਪੁਲਿਸ ਨੇ ਮੌਕੇ ਤੇ ਪਹੁੰਚ ਕੇ CCTV ਕੈਮਰਿਆਂ ਦੀ ਮਦਦ ਨਾਲ ਲੁਟੇਰਿਆਂ ਨੂੰ ਫੜਨ ਲਈ ਕਾਰਵਾਈ ਤੇਜ਼ ਕਰ ਦਿੱਤੀ ਹੈ। ਵਰਨਣਯੋਗ ਹੈ ਕਿ ਚੋਣ ਜ਼ਾਬਤਾ ਦੌਰਾਨ ਚੋਰ ਅਤੇ ਲੁਟੇਰੇ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਪੁਲਿਸ ਦਾ ਦਾਅਵਾ ਹੈ ਕਿ ਮੁਲਜ਼ਮਾਂ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ। ਭਾਈ ਸਾਹਿਬ ਕਿਆ ਨਾਮ ਹੈ, ਕਿਆ ਹੋਇਆ? ਲਲਿਤ ਪ੍ਰਸਾਦ ਨਾਮ ਹੈ ਜੀ। ਮੋਟਰਸਾਈਕਲ ਤੇ ਦੋ ਮੁੰਡੇ ਆਏ ਸੀਗੇ ਜੀ, ਤੇਲ ਪਵਾਇਆ ਤੇ ਨਾਲ ਪੈਸੇ ਲੈ ਕੇ ਭੁੱਲ ਗਏ, ਰਿਵਾਲਵਰ ਦਿਖਾ ਕੇ ਜੀ ਪੈਸੇ ਖੋਲਿਆ। ਕਿੰਨੇ ਪੈਸੇ ਸੀਗੇ? ਪੈਸੇ 3,000-4,000 ਸੀਗੇ ਅੱਜ। 3,000-4,000 ਸੀ, ਤੇ ਤੇਲ 600 ਦਾ ਤੇਲ ਵੀ ਪਵਾਇਆ ਜੀ, ਫੁੱਲ 600 ਦਾ ਤੇਲ ਪਵਾਇਆ। ਮੂੰਹ ਬੰਨਿਆ? ਹਾਂਜੀ, ਮੂੰਹ ਬੰਨਿਆ ਸੀਗਾ ਜੀ, ਤੇ ਦੋ ਜਣੇ ਸੀਗੇ। ਮੂੰਹ ਕਿੱਦਾਂ ਦੇ ਲੱਗਦੇ ਨੇ? ਕਿਹੜੀ ਟਾਈਪ ਸੀ ਬੰਦੇ? ਮੂੰਹ ਬੰਨਿਆ ਸੀਗਾ ਜੀ, ਦੇਖਿਆ ਦੇਖਿਆ ਨਹੀਂ ਹਨਾ। ਹਾਂਜੀ, ਪੁਲਿਸ ਵਾਲਿਆਂ ਕੋਲ ਜਾਣਕਾਰੀ? ਹਾਂ, ਪੁਲਿਸ ਨੇ ਦਿੱਤੇ ਸੀ ਉਦੋਂ ਹੀ ਕੱਲ ਦੀ। ਮਾਲਕ ਕੋਲ ਜਾਣਕਾਰੀ ਦੇ ਦੀ ਜੋ? ਹਾਂਜੀ ਹਾਂਜੀ, ਉਸ ਟਾਈਮ ਜੀ ਪੁਲਿਸ ਵਾਲੇ ਆਏ ਸੀ? ਪੁਲਿਸ ਵਾਲੇ ਰਾਤ ਆਏ ਸੀਗੇ ਜੀ, 2-3 ਚੱਕਰ ਮਾਰੇ। CCTV ਕੈਮਰੇ ਨਿਕਾਲ ਲਏ? ਹਾਂਜੀ, ਕੈਮਰੇ ਨਿਕਾਲੇ ਸੀ। ਤੇ ਕੀ ਮੰਗ ਕਰ ਰਹੇ ਹੋ? ਮੈਂ ਸਰ ਇਹ ਪਕੜਾ ਜਾ ਸਰ, ਦੇਖੋ ਜੀ ਇਦਾਂ ਹੋ ਲੁੱਟ ਹੋ ਰਹੀ ਹੈ ਸਰ, ਇਦਾਂ ਸਾਡਾ ਜੀ ਆਰਾਮ ਹੈ। ਸ਼ਿਵਾਜੀ ਇੱਕ ਪੈਟਰੋਲ ਪੰਪ ਤੇ ਲੁੱਟ ਹੋਈ ਹੈ, ਕੀ ਲੱਗਦਾ ਕਿਦਾਂ ਹੋਇਆ, ਕੀ ਮੈਟਰ, ਕੀ ਕਿਹੜਾ ਪੈਟਰੋਲ ਪੰਪ ਹੈ? ਇਹ ਬਾਸੀ ਪੈਲਸ ਦੇ ਨਾਲ HP ਪੈਟਰੋਲ ਪੰਪ ਹੈ, ਜਿਹਦੇ ਜਿਹੜੇ ਸਿਲਵਰ ਮੋਟਰਸਾਈਕਲ ਦੇ ਦੋ ਮੋਨੇ ਨੌਜਵਾਨ ਜਿਹਨਾਂ ਨੇ ਮੂੰਹ ਬੰਨੇ ਅਤੇ 600 ਰੁਪਏ ਦਾ ਤੇਲ ਪਾਇਆ, ਅਤੇ ਬਾਅਦ ਜਦੋਂ ਉਹਨੇ ਪੈਸੇ ਨੇ ਮੰਗ ਕੀਤੀ ਅਤੇ ਉਹਦੇ ਕੋਲੋਂ ਜਿਹੜੇ ਹੱਥ 'ਚ ਫੜੇ ਪੈਸੇ ਸੀ ਜਿਹੜੇ ਰਾਤ ਨੂੰ ਘਾ ਕੇ ਉਹਦੇ ਕੋਲੋਂ ਕਰੀਬ 3,000 ਰੁਪਈਆ ਜਿਹੜਾ ਖੋ ਕੇ ਫਲੋਰ ਸਾਈਡ ਨੂੰ ਭੱਜ ਗਏ। ਕਿੱਦਾਂ ਦਾ ਹੋਲੀਆ ਦੱਸਿਆ ਉਹਨਾਂ ਨੂੰ? ਹੋਲੀਆ ਉਹਨਾਂ ਨੇ ਦੋਨਾਂ ਨੇ ਮੋਨੇ ਨੌਜਵਾਨ ਹੈ ਅਤੇ ਕੱਦ ਉਹਨਾਂ ਦੇ ਲੰਬੇ ਆ ਤੇ ਜਿਹੜੇ ਪੈਸੇ ਖੋ ਕੇ ਜਿਹੜੇ ਫਲੋਰ ਸਾਈਡ ਨੂੰ ਭੱਜ ਗਏ। ਕੀ ਲੱਗਦਾ ਜੇ ਤਾਂ ਨੋਰਮਲ ਵਾਲੀ ਸਾਈਡ ਆ, ਬਿਲਗੇ ਵਾਲੀ ਸਾਈਡ ਤੇ ਕਾਫੀ ਪੈਟਰੋਲ ਪੰਪ ਤੇ ਲੁੱਟਾਂ ਹੋਈਆਂ ਹੋਈਆਂ, ਉਹੀ ਤਾਂ ਨਹੀਂ ਲੱਗਦੇ ਉਹਨਾਂ ਨਾਲ ਕਿਤੇ ਸ਼ਕਲ ਮਿਲਾ ਰਹੇ ਆ CCTV ਕੈਮਰੇ ਨੇ? ਕੋਈ ਨਹੀਂ, ਇਸ ਸੰਬੰਧੀ ਜਿਹੜੀ ਆ ਤਫਤੀਸ਼ ਅਸੀਂ ਕਰ ਰਹੇ ਆ, CCTV ਜਿਹੜੇ ਆ ਕੈਮਰੇ ਆਲੇ ਦੁਆਲੇ ਸਾਰੇ ਦੇਖ ਰਹੇ ਆ, ਜੇ ਉਹਦੇ ਵਿੱਚ ਉਦਾਂ ਦੀ ਕੋਈ ਆਈ ਤਾਂ ਨਹੀਂ ਕਰਾਂਗੇ। ਕੀ ਪਰਚਾ ਦਰਜ ਕਰਾਂ? FIR ਜਿਹੜਾ ਦਰਜ ਕਰ ਦਿੱਤੀ ਹੈ ਤਾਂ ਤਫਤੀਸ਼ ਜਿਹੜੀ ਕਰ ਰਹੇ ਆ। ਕੀ ਮੁਕੱਦਮਾ? ਮੁਕੱਦਮਾ ਖੋਲਿਆ ਹੈ। ਠੀਕ ਹੈ, ਹਾਂਜੀ।